ਹੁਸ਼ਿਆਰਪੁਰ ਵਿਖੇ ਰੋਡਰੇਜ ਪੈਨਸ਼ਨਰਜ਼ ਅਤੇ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਇੱਕ ਮੀਟਿੰਗ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਪ੍ਰਦੇਸ਼ ਭਰ ਤੋਂ ਆਏ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਵੀ ਲਗਾਇਆ। ਜੋ ਉਸ ਸਮੇਂ ਤੋਂ ਜੋ 1967 ਤੋਂ ਜੋ 8 ਮਾਰਚ 1967 ਤੋਂ 27 ਨਵੰਬਰ 1967 ਤੱਕ ਜੋ ਸਰਕਾਰ ਗੁਰਨਾਮ ਸਿੰਘ ਜਸਟਿਸ ਦੀ ਆਈ ਸੀ ਰਿਟਾਇਰਡ ਦੀ, ਉਸਨੇ ਬਹੁਤ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਸੀਆਂ ਕੁਛ ਥੋੜ੍ਹੇ ਜਿਹੇ ਸਮੇਂ ਦੇ ਅੰਦਰ। ਔਰ ਉਹ ਜੋ ਲਾਗੂ ਕੀਤੀਆਂ ਹੋਈਆਂ, ਜਿਵੇਂ ਇਹ ਸੈਂਟਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਪੂਰੇ ਦੇਸ਼ ਦੇ ਵਿੱਚ ਮਹਿੰਗਾਈ ਭੱਤੇ ਨੂੰ ਇੱਕ ਸੂਚਕਾਂਕ ਜੋੜ ਕੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਸੀਆਂ, ਜੋ ਕਿ 6 ਮਹੀਨੇ ਬਾਅਦ ਉਹ ਦਿੱਤੀ ਜਾਂਦੀ ਆ। ਉਹ 1967 ਤੋਂ ਲਾਗੂ ਹੋਈ, ਉਹ 8 ਮਾਰਚ 1967 ਤੋਂ ਉਹ ਸਰਕਾਰ ਨੇ, ਕੋਈ ਵੀ ਐਸੀ ਸਰਕਾਰ ਹੋਰ ਨਹੀਂ ਆਈ ਜਿਸਨੇ ਇਸ ਨੂੰ ਬੰਦ ਕੀਤਾ ਹੋਵੇ। ਇਹ ਕਿਹੋ ਜਿਹੀ ਸਰਕਾਰ ਆਈ ਆ ਜਿਸਨੇ 5 ਕਿਸ਼ਤਾਂ ਸਾਡੀਆਂ ਡਿਊ ਹੋ ਗਈਆਂ? ਕੋਈ ਐਸੀ ਸਰਕਾਰ ਨਹੀਂ ਪਹਿਲਾਂ ਆਈ ਭਾਈ। ਕੈਪਟਨ ਸਰਕਾਰ ਜੋ ਮੌਜੂਦਾ ਸਰਕਾਰ ਆ, ਇਹਨੇ 5 ਕਿਸ਼ਤਾਂ ਡਿਊ ਹੋ ਗਈਆਂ, ਉਹ ਨਹੀਂ ਨਾ ਤਾਂ ਨਹੀਂ ਮੁਲਾਜ਼ਮਾਂ ਨੂੰ ਨਾ ਪੈਨਸ਼ਨਰਾਂ ਨੂੰ, ਉਹ ਇਹਨਾਂ ਨੇ ਦੱਬੀਆਂ ਆ। ਹਰੇਕ ਬੰਦੇ ਦਾ 5-5 ਹਜ਼ਾਰ ਰੁਪਇਆ, ਘੱਟੋ ਘੱਟ 5-5 ਹਜ਼ਾਰ ਰੁਪਇਆ ਪਰ ਮੰਥ ਦਾ ਇਹੋ ਦੱਬੀ ਬੈਠੇ ਆ। ਔਰ ਇੱਕ ਜਿਹੜਾ ਮਹਿੰਗਾਈ ਭੱਤੇ ਦਾ ਰਾਹਤ, ਔਰ ਜੋ ਮਹਿੰਗਾਈ ਭੱਤੇ ਦੀ ਕਿਸ਼ਤ ਆ, ਜੋ ਰਾਹਤ ਆ ਮੁਲਾਜ਼ਮਾਂ ਨੂੰ ਜਾਂ ਇੱਕ ਆਪਣੇ ਪੈਨਸ਼ਨਰਾਂ ਨੂੰ, ਇੱਕ ਤਨਖਾਹ ਦਾ ਹਿੱਸਾ ਹੁੰਦਾ ਆ, ਇਹਨਾਂ ਨੇ ਉਹ ਬਿਲਕੁਲ ਬੰਦ ਕਰ ਦਿੱਤਾ ਆ। ਔਰ ਕੋਈ ਵੀ ਸਾਨੂੰ ਇੰਨੀ ਆਸ ਨਹੀਂ ਸੀ, ਬਹੁਤ ਆਸ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਸਾਨੂੰ ਵਾਅਦੇ ਕੀਤੇ ਸੀ ਵੀ ਅਸੀਂ ਕੋਈ ਵੀ ਚੀਜ਼ ਬੰਦ ਨਹੀਂ ਕਰਾਂਗੇ, ਲੇਕਿਨ ਇਹਨੇ ਕਿਸੇ ਵੀ ਸਰਕਾਰ ਨੇ ਹੋਰ ਕਿਸੇ ਸਟੇਟ ਦੇ ਵਿੱਚ ਸਭ ਨੇ ਜਿਹੜੀ ਪੇ ਕਮਿਸ਼ਨ ਦੀ ਵੀ ਰਿਪੋਰਟ ਦੇ ਦਿੱਤੀ ਆ, 6ਵੇਂ ਪੇ ਕਮਿਸ਼ਨ ਦੀ, ਇਹ 1-1-2016 ਤੋਂ ਤਾਂ 22 ਮਹੀਨੇ ਦਾ ਜੋ ਪਿਛਲਾ ਜੋ 5ਵੇਂ ਪੇ ਕਮਿਸ਼ਨ ਦਾ DA ਆ, ਉਹ ਵੀ ਅਜੇ ਅਧੂਰਾ ਪਿਆ ਆ। ਡੀਪੋ ਸਾਰਿਆਂ ਡੀਪੋਆਂ ਦੇ ਮੋਹਰੇ ਧਰਨੇ ਲਾਵਾਂਗੇ, ਮੁਜ਼ਾਹਰੇ ਕਰਾਂਗੇ, ਉਹਦੇ ਬਾਅਦ ਅਸੀਂ ਆਪਣਾ ਲਿਖਾਂਗੇ, ਫਿਰ ਨਹੀਂ ਤਾਂ ਮੰਤਰੀਆਂ ਦੀਆਂ ਕੋਠੀਆਂ ਵੀ ਘੇਰਾਂਗੇ, ਆਪਣੀ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਸਾਰਿਆਂ ਦਾ ਘਰਾਓ ਵੀ ਕਰਾਂਗੇ, ਇਹਨਾਂ ਦੇ ਮੁਰਦਾ ਵੀ ਪੁਤਲੇ ਵੀ ਫੂਕਾਂਗੇ। ਅਸੀਂ ਆਪਣਾ ਕੋਈ ਹੱਕ ਮੰਗਦੇ, ਇਹਨਾਂ ਕੋਈ ਭੀਖ ਨਹੀਂ ਮੰਗਦੇ। 22 ਮਹੀਨਿਆਂ ਦਾ ਪਿਛਲਾ ਬਕਾਇਆ ਪਿਆ, ਪੇ ਕਮਿਸ਼ਨ ਤਾਂ ਨਹੀਂ ਲਾਗੂ ਕੀਤਾ, 5ਵੀਂ ਕਿਸ਼ਤ ਆ ਗਈ ਉਹ ਨਹੀਂ ਲਾਗੂ ਕੀਤੀ, ਅੰਤਲੀ ਕੋਈ ਨਹੀਂ ਦਿੱਤੀ, ਮੈਡੀਕਲ ਪਤਾ 500 ਰੁਪਈਏ ਦਾ ਡਾਕਟਰ ਲੈ ਲੈਂਦਾ ਫੀਸ ਦੇ, 500 ਰੁਪਈਏ ਸਾਰਿਆਂ ਨੂੰ ਕਹਿ ਰਹੇ 2500 ਰੁਪਈਆ ਕੀਤਾ ਜਾਵੇ। ਇੱਦਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਉਹ ਤਾਂ ਪੂਰੀਆਂ ਕਰੇ, ਪਰ ਇਹ ਸਰਕਾਰ ਜਿਉਂ ਆਈ ਆ ਇਹਦੇ ਕੰਥੇ ਜੂੰ ਨਹੀਂ ਸਰਕਦੀ, ਬਿਲਕੁਲ ਇਹ ਸੁੱਤੇ ਪਏ ਆ। ਖਜ਼ਾਨਾ ਮੰਤਰੀ ਦਾ ਪਤਾ ਨਹੀਂ ਹੈਗਾ ਵੀ ਇਹ ਸਰਕਾਰ 'ਚ ਹੈ ਨਹੀਂ, ਉਹ ਕਦੀ ਨਾ ਉਹਦਾ ਬਿਆਨ ਆਇਆ ਨਾ ਕੁਛ ਆਇਆ, ਪਤਾ ਨਹੀਂ ਉਹ ਨਾਂ ਦਾ ਖਜ਼ਾਨਾ ਮੰਤਰੀ ਬਣਿਆ ਆ, ਕੈਪਟਨ 2 ਸਾਲ ਹੋ ਤਕਰੀਬ ਹੋ ਚੱਲਿਆ। ਇਹਨੇ ਕਿਸੇ ਵੀ ਵਰਕਰ ਨੂੰ, ਕਿਸੇ ਵੀ ਮੁਲਾਜ਼ਮ ਨੂੰ, ਕਿਸੇ ਜਥੇਬੰਦੀ ਨੂੰ, ਮੁਲਾਜ਼ਮਾਂ ਨੂੰ, ਦੂਸਰੇ ਮਜ਼ਦੂਰਾਂ ਨੂੰ ਜਾਂ ਆਪਣੇ ਕਿਸਾਨਾਂ ਨੂੰ ਜਾਂ ਵਰਗ ਵਪਾਰੀ ਵਰਗਾ ਕਿਸੇ ਨੂੰ ਵੀ ਕੋਈ ਰਾਹਤ ਨਹੀਂ ਮਿਲੀ। ਪਤਾ ਨਹੀਂ ਇਹ ਕੀ ਕਰਦੇ, ਸੁੱਤੇ ਪਏ ਆ, ਆਪਣੇ ਮਕਾਨਾਂ ਨੂੰ ਰੰਗ ਕਰਾਈ ਜਾਂਦੇ, ਕਿਸੇ ਕੋਈ ਕਰਦੇ ਆ, ਖਜ਼ਾਨਾ ਖਾਲੀ ਦਾ ਨਿਗਾਹ ਪਾਉਂਦੇ ਆ। ਕਰੋੜਾਂ ਰੁਪਈਆ ਰੋਜ਼ ਡਿੱਗੀ ਜਾਂਦਾ ਖਜ਼ਾਨੇ ਵਿੱਚ, ਮੈਨੂੰ ਪਤਾ ਨਹੀਂ, ਸਮਝ ਨਹੀਂ ਆਉਂਦਾ ਵੀ ਖਜ਼ਾਨਾ ਕਿੱਥੋਂ ਖਾਲੀ ਦੱਸੀ ਜਾਂਦੇ ਆ, ਖਜ਼ਾਨਾ ਕਦੇ ਨਾ ਖਾਲੀ ਜਾਂਦੇ ਆ। ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਸਰਕਾਰ ਨੇ ਜੋ ਇਲੈਕਸ਼ਨਾਂ ਤੋਂ ਪਹਿਲਾਂ ਸ਼ਾਹਕੋਟ ਦੀ ਜਿਮਨੀ ਚੋਣ ਦੇ ਵਿੱਚ ਸਾਡੇ ਭਰਾਤਰੇ ਜਥੇਬੰਦੀਆਂ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਵੀ ਤੁਹਾਡੀਆਂ ਅਸੀਂ ਹੱਕੀ ਮੰਗਾਂ ਜਿਹੜੀਆਂ ਪੂਰੀਆਂ ਕਰਾਂਗੇ, ਪਰ ਇਹਨਾਂ ਲੋਕਾਂ ਨੇ ਉਹ ਦਿਨ ਲੰਘਣ ਤੋਂ ਬਾਅਦ ਕਦੀ ਕਿਸੇ ਨੂੰ ਵੀ ਪੁੱਛਿਆ ਨਹੀਂ ਗਾ। ਜਿੱਦਾਂ ਕਿ ਵੱਡੀ ਉਮੀਦ ਸੀ ਲੋਕਾਂ ਨੂੰ, ਪਰ ਉਹ ਉਸ ਉਮੀਦਾਂ 'ਤੇ ਪਾਣੀ ਫੇਰਤਾ। ਮਹਿਕਮੇ ਕੋਈ ਵੀ ਆ ਉਹਦੇ ਵਿੱਚ ਨਾ ਕੋਈ ਭਰਤੀ ਹੋ ਰਹੀ ਆ, ਨਾ ਕੋਈ ਕਿਸੇ ਨੂੰ ਰਾਹਤ ਮਿਲ ਰਹੀ ਆ, ਹਰ ਮਹਿਕਮੇ ਦੇ ਵਿੱਚ ਹਰ ਵਰਗ ਦੇ ਵਿੱਚ ਰੋਸ ਪਾਇਆ ਜਾ ਰਿਹਾ। ਸਾਡੀ ਇਹੀ ਰਾਇ ਆ ਵੀ ਸਰਕਾਰ ਜਿਹੜੀ ਆ ਸਾਡੀਆਂ ਹੱਕੀ ਮੰਗਾਂ ਜੋ ਵੀ ਸਾਡੇ ਨਾਲ ਪੂਰੀਆਂ ਕੀਤੀਆਂ ਉਹ ਪੂਰੀਆਂ ਕੀਤੀਆਂ ਜਾਣ, ਸਾਨੂੰ DA ਦੀਆਂ ਕਿਸ਼ਤਾਂ ਜਿਹੜੀਆਂ ਆ ਉਹ ਰਿਲੀਜ਼ ਕੀਤੀਆਂ ਜਾਣ, ਉਹਨਾਂ ਦਾ ਬਕਾਇਆ ਦਿੱਤਾ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਸਾਨੂੰ ਦਿੱਤੀ ਜਾਵੇ, ਕਿਉਂਕਿ 22 ਮਹੀਨੇ ਦਾ ਬਕਾਇਆ ਬਾਕੀ ਪਿਆ ਹੈਗਾ। ਔਰ ਸੈਂਟਰ ਸਰਕਾਰ ਨੇ ਨਵੇਂ ਜਨਵਰੀ 7ਵਾਂ ਪੇ ਕਮਿਸ਼ਨ ਵੀ ਜਿਹੜਾ ਆ ਉਹ ਸਥਾਪਿਤ ਕਰ ਦਿੱਤਾ, ਉਹਨੇ ਮਹਿੰਗਾਈ ਕਿਸ਼ਤ ਵੀ ਜਿਹੜੀ ਭੱਤੇ ਦੀ ਆ ਸਾਡੀ ਉਹ 1 ਜਨਵਰੀ ਤੋਂ ਲਾਗੂ ਕਰਨ ਦੀ ਨੋਟਿਸ ਦਿੱਤੇ ਆ। ਅਤੇ ਸਾਡੇ ਸਰਕਾਰ ਨੇ ਦੇਖ ਲਓ ਇੱਕ ਭੁੱਖੇ ਢਿੱਡ ਜਿਹੜੇ ਆ ਮੁਲਾਜ਼ਮ ਜਿਹੜੇ ਇੱਕ ਭੁੱਖੇ ਢਿੱਡ ਲੜ ਰਹੇ ਆ, ਹਰ ਵੇਲੇ ਆਪਣੀ ਜਾਨ ਨੂੰ ਤਲੀ 'ਤੇ ਰੱਖ ਕੇ ਮਹਿਕਮੇ ਦਾ ਵਫਾਦਾਰੀ ਨਾਲ ਕੰਮ ਕਰ ਰਹੇ ਆ, ਪਰ ਉਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲ ਰਹੀ, ਉਹਨਾਂ ਦੇ ਬੱਚਿਆਂ ਨੂੰ